ਤਸਵੀਰਾਂ 'ਚ ਘਰ ਦੇ ਬਾਹਰ ਖੜੀ ਇਹ ਕਾਲੇ ਰੰਗ ਦੀ ਸਕੋਰਪੀਓ, ਜਿਸ ਦੇ ਸ਼ੀਸ਼ੇ ਦਾ ਕੱਚ ਸੜਕ ਤੇ ਗੱਡੀ 'ਚ ਵੱਖ ਵੱਖ ਥਾਵਾਂ ਤੇ ਖਿਲ ਰਿਹਾ ਪਿਆ। ਇਹ ਤਸਵੀਰਾਂ ਅੰਮ੍ਰਿਤਸਰ ਦੇ ਅਧੀਨ ਹਲਕਾ ਬਾਬਾ ਬਕਾਲਾ ਦੇ ਪਿੰਡ ਬੁਤਾਲਾ ਦੀਆਂ ਨੇ। ਜਾਣਕਾਰੀ ਮੁਤਾਬਕ ਬੀਤੀ ਰਾਤ ਇਸ ਗੱਡੀ 'ਚ ਸਵਾਰ ਨੌਜਵਾਨ ਦਾ ਪਿੱਛਾ ਕਰ ਰਹੇ ਅਣਪਛਾਤੇ ਨੌਜਵਾਨਾਂ ਨੇ ਇਸ ਗੱਡੀ 'ਤੇ ਅੰਨੇਵਾਹ ਫਾਇਰਿੰਗ ਕਰ ਦਿੱਤੀ, ਜਿਸ ਕਰਕੇ ਗੱਡੀ 'ਚ ਸਵਾਰ ਸੁਖਮਨਪ੍ਰੀਤ ਦੀ ਗੋਲੀਆਂ ਲੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਇਸ ਮੌਕੇ 'ਤੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹਨਾਂ ਦਾ ਬੇਟਾ ਕਾਰ 'ਚ ਸਵਾਰ ਹੋ ਕੇ ਪਾਰਟੀ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਘਰ ਨੇੜੇ ਉਸ ਦਾ ਪਿੱਛਾ ਕਰ ਰਹੀ ਇੱਕ ਹੋਰ ਕਾਰ 'ਚ ਸਵਾਰ ਅਣਪਛਾਤੇ ਨੌਜਵਾਨਾਂ ਨੇ ਮ੍ਰਿਤਕ ਸੁਖਮਨਪ੍ਰੀਤ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ 'ਚ ਮ੍ਰਿਤਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਸੁਖਮਨਪ੍ਰੀਤ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਕੋਈ ਗੱਲ ਦਾ ਪਤਾ ਹੀ ਨਹੀਂ, ਕੋਈ ਗੱਲ ਕੀ ਹੋਈ ਹੈ ਅਤੇ ਗੋਲੀਆਂ ਮਾਰਤੀਆਂ ਨੂੰ 1:30 1:30 ਦੇ ਇੱਕ ਦੇ ਵਿੱਚ 1:30 ਦਾ ਤਕਰੀਬਨ 1:30 ਤੋਂ ਬਾਅਦ ਹੀ ਆ 1:30 ਦੇ ਗੱਡੀ ਉਹਦੀ ਆਈ ਆ ਕੈਮਰਿਆਂ 'ਚ ਇੱਦਾਂ ਬਜਾ ਤਾ ਨਹੀਂ ਕੋਈ ਰੰਜਿਸ਼ ਨਹੀਂ ਕਿਸੇ ਨਾਲ, ਕੋਈ ਇਹੋ ਜਿਹੀ ਗੱਲ ਨਹੀਂ ਪਤਾ ਨਹੀਂ, ਕੋਈ ਕਾਰਨ ਨਹੀਂ ਅਜੇ ਤੱਕ ਲੱਭਾ। ਉਧਰ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਵੱਲੋਂ ਵੱਖ ਵੱਖ ਥਾਵਾਂ 'ਤੇ CCTV ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾ ਸਕੇ। ਕੱਲ੍ਹ ਰਾਤ ਢਿੱਲਵਾਂ ਵਿਖੇ ਕੋਈ ਮੈਰਿਜ ਪਾਰਟੀ ਅਟੈਂਡ ਕਰਕੇ ਆਇਆ ਸੀਗਾ ਅਤੇ ਕਰੀਬ 1:45 ਜਿਹੜਾ ਆਪਣੇ ਘਰ ਪੁੱਜਾ ਸੀ ਅਤੇ ਘਰ ਪਹੁੰਚ ਕੇ ਇਹਨੇ ਆਪਣਾ ਜਿਹੜਾ ਗੇਟ ਖੋਲ੍ਹ ਕੇ ਜਦੋਂ ਗੱਡੀ ਅੰਦਰ ਕਰਨ ਲੱਗਾ ਅਤੇ ਅਚਾਨਕ ਕੋਈ ਜਿਹੜੇ ਨਾਮਲੂਮ ਵਿਅਕਤੀ ਗੱਡੀ 'ਤੇ ਸਵਾਰ ਹੋ ਕੇ ਆਏ ਜਿਨ੍ਹਾਂ ਨੇ ਉੱਥੋਂ ਨਿਕਲ ਕੇ ਅਤੇ ਇਹਦੇ 'ਤੇ ਆਪਣਾ ਗੱਡੀ 'ਚ ਬੈਠੇ ਦੇ ਜਿਹੜੇ ਗੋਲੀਆਂ ਚਲਾਈਆਂ ਅਤੇ ਗੋਲੀਆਂ ਚਲਾਉਣ ਤੋਂ ਬਾਅਦ ਉਹ ਫਰਾਰ ਹੋ ਗਏ ਅਤੇ ਇਹ ਜ਼ਖਮੀ ਹਾਲਤ 'ਚ ਜਦੋਂ ਇਹ ਆਪਣੇ ਘਰ ਦੇ ਅੰਦਰ ਉਤਰ ਕੇ ਭੱਜਣ ਲੱਗਾ ਅਤੇ ਵਿਹੜੇ 'ਚ ਹੀ ਡਿੱਗ ਗਿਆ ਅਤੇ ਜਿਸ ਦੇ ਵਾਰਸਾਂ ਨੇ ਇਹਨੂੰ ਹੋਸਪਿਟਲ ਲੈ ਕੇ ਜਾਂਦੇ ਹੋਏ ਜਿਹੜੇ ਰਸਤੇ ਵਿੱਚ ਉਸਦੀ ਮੌਤ ਹੋ ਗਈ ਅਤੇ ਇਹਦੀ ਤਲਾਹ ਮਿਲਣ 'ਤੇ ਜਿਹੜਾ ਵਾ 302 34 ਤਹਿਤ ਆਮ ਸੈਕਟ ਦੇ ਤਹਿਤ ਪਰਚਾ ਦਰਜ ਰਜਿਸਟਰ ਕਰਕੇ ਥਾਣਾ ਬਿਆਸ ਵਿਖੇ ਕਾਰਵਾਈ ਜਿਹੜੀ ਅਮਲ 'ਤੇ ਲਿਆਉਂਦੀ ਜਾ ਰਹੀ ਹੈ ਅਤੇ ਜਿਹੜਾ ਇਸ ਸੰਬੰਧੀ ਜਿਹੜਾ ਵਿਗਿਆਨਿਕ ਅਤੇ ਸਾਇੰਟਿਫਿਕ ਤਰੀਕਿਆਂ ਨਾਲ ਜਿਹੜਾ CCTV ਵਗੈਰਾ ਚੈੱਕ ਕਰਕੇ ਅਤੇ ਕਾਲ ਡਿਟੇਲਾਂ ਵਾਚ ਕੇ ਜਿਹੜਾ ਜਲਦੀ ਜਿਹੜਾ ਇਹਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੁਲਿਸ ਮ੍ਰਿਤਕ ਸੁਖਮਨਪ੍ਰੀਤ ਦੇ ਦੋਸ਼ੀਆਂ ਨੂੰ ਕਦੋਂ ਗ੍ਰਿਫਤਾਰ ਕਰੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਸ਼ਰੇਆਮ ਇਸ ਤਰ੍ਹਾਂ ਘਰ ਦੇ ਬਾਹਰ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣਾ ਵਰਗੀਆਂ ਘਟਨਾਵਾਂ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਕਰਦੀਆਂ ਨੇ। ਹਕੀਕਤ TV ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।